ਦਿੱਲੀ ਤੱਕ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ ਜੇ ਕਿਤੇ ਇਹ ਸਿੱਖ ਨਾ ਹੁੰਦੇ। ਪਰ ਅੱਜ ਕਿਤੇ ਕੜੇ ਬੰਦ, ਕਿਤੇ ਆਹ ਬੰਦ, ਇਹ ਸਾਰਾ ਕੁਝ ਕਿਉਂ ਹੈ? ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ, ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ, ਜਿਹੜਾ ਸਿੱਖ ਵੇਖਿਆ, ਉਹਨੂੰ ਖਤਮ ਕਰ ਦਿੱਤਾ ਗਿਆ। ਇਹ ਨਸਲਕੁਸ਼ੀ ਜਿਹੜੀ ਸੀ ਇਹ ਉੱਥੋਂ ਹੀ ਸ਼ੁਰੂ ਹੋਈ ਹੈ। ਮਨੋਰਟੀ ਜਿਹੜੀ ਹੈ ਉਹਦੀ ਕੋਈ ਸੁਰੱਖਿਆ ਨਹੀਂ, ਖਾਸ ਕਰਕੇ ਸਿੱਖਾਂ ਦੀ, ਅਤੇ ਪੱਗ ਵੇਖ ਕੇ ਲੋਕਾਂ ਨੂੰ ਅੱਗ ਲੱਗ ਜਾਂਦੀ। ਦੇਖੋ ਜੀ, ਇੱਕ ਗੱਲ ਤਾਂ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ 'ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ, ਪੰਜਾਬ 'ਚ ਕੋਈ ਵੀ ਮਨੋਰਟੀ ਜਿਹੜੀ ਹੈ ਉਹਦੀ ਕੋਈ ਸੁਰੱਖਿਆ ਨਹੀਂ, ਔਰ ਖਾਸ ਕਰਕੇ ਸਿੱਖਾਂ ਦੀ, ਅਤੇ ਪੱਗ ਵੇਖ ਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਇਹਨਾਂ ਸਰਕਾਰਾਂ ਨੂੰ, ਇਹਨਾਂ ਏਜੰਸੀਆਂ ਨੂੰ। ਅਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ, ਇੱਥੇ ਦਿੱਲੀ ਤੱਕ ਸਾਡਾ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ, ਜੇ ਕਿਤੇ ਇਹ ਸਿੱਖ ਨਾ ਹੁੰਦੇ, ਜੇ ਪੰਜਾਬੀ ਨਾ ਹੁੰਦੇ, ਜੇ ਦਸਤਾਰਾਂ ਵਾਲੇ ਨਾ ਹੁੰਦੇ। ਪਰ ਅੱਜ ਕਿਤੇ ਕੜੇ ਬੰਦ, ਕਿਤੇ ਆਹ ਬੰਦ, ਇਹ ਸਾਰਾ ਕੁਝ ਕਿਉਂ ਹੈ? ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ, ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ, ਜਿਹੜਾ ਸਿੱਖ ਵੇਖਿਆ, ਉਹਨੂੰ ਖਤਮ ਕਰ ਦਿੱਤਾ ਗਿਆ। ਇਹ ਨਸਲਕੁਸ਼ੀ ਜਿਹੜੀ ਸੀ ਇਹ ਉੱਥੋਂ ਹੀ ਸ਼ੁਰੂ ਹੋਈ ਹੈ। ਮੈਂ ਸਮਝਦੀ ਹਾਂ ਕਿ ਇਹ ਵਿਰੋਧੀ ਧਿਰ 'ਚ ਬੈਠੇ ਨੇ ਰਾਹੁਲ ਗਾਂਧੀ, ਉੱਥੇ ਆਵਾਜ਼ ਪੈਦਾ ਕਰਨ ਕਿ ਆਓ ਸਾਰੀ ਸੈਂਟਰ ਵੱਲੋਂ ਅਸੀਂ ਮਾਫ਼ੀ ਮੰਗੀਏ, ਸੈਂਟਰ ਸਰਕਾਰ ਮਾਫ਼ੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ, ਜੋ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਸੀਗਾ। ਜੇ ਉਹਨਾਂ ਦੇ ਅੰਦਰ ਦਰਦ ਹੈ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜ੍ਹੇ ਹੋ ਕੇ ਕਿ ਆਓ ਸਾਰੇ ਸੈਂਟਰ ਸਰਕਾਰ, ਅਸੀਂ ਸਰਕਾਰ ਵੱਲੋਂ ਹੀ ਹੋਇਆ ਸੀ ਨਾ, ਅੱਗੇ ਮਿਲਟਰੀ ਚੜ੍ਹੀ ਸੀ ਅਕਾਲ ਤਖ਼ਤ, ਸਰਕਾਰ ਵੱਲੋਂ ਹੋਈ ਸੀ ਨਾ। ਅਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ, ਮੇਰੇ ਬਾਪ ਨੇ ਜੋ ਕੀਤਾ, ਉਹ ਬਹੁਤ ਜ਼ੁਲਮ ਸੀ। ਆਓ ਸਾਰੇ, ਅੱਜ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਕੇ ਅਸੀਂ ਮਾਫ਼ੀ ਮੰਗੀਏ ਉਹਨਾਂ ਯੋਧਿਆਂ ਕੋਲੋਂ, ਉਹਨਾਂ ਸਿੱਖਾਂ ਕੋਲੋਂ ਜਿਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ, ਔਰ ਇਹ ਪੰਜਾਬ ਦੀ, ਇਹ ਦੇਸ਼ ਦੀ ਧਰਤੀ ਜਿਹੜੀ ਹੈ ਅੱਜ ਸੁਰੱਖਿਅਤ। ਦੇਖੋ ਜੀ, ਇੱਕ ਗੱਲ ਤਾਂ ਹੈ ਕਿ ਇਹ ਸੱਚ ਦੀ ਗੱਲ ਜਿਹੜੀ ਹੈ ਉਹਨਾਂ ਦੇ ਮੂੰਹ 'ਚੋਂ ਨਿਕਲੀ ਹੈ ਕਿ ਅੱਜ ਇੰਡੀਆ ਵਿੱਚ, ਪੰਜਾਬ 'ਚ ਕੋਈ ਵੀ ਮਨੋਰਟੀ ਜਿਹੜੀ ਹੈ ਉਹਦੀ ਕੋਈ ਸੁਰੱਖਿਆ ਨਹੀਂ, ਔਰ ਖਾਸ ਕਰਕੇ ਸਿੱਖਾਂ ਦੀ, ਅਤੇ ਪੱਗ ਵੇਖ ਕੇ ਲੋਕਾਂ ਨੂੰ ਅੱਗ ਲੱਗ ਜਾਂਦੀ ਇਹਨਾਂ ਸਰਕਾਰਾਂ ਨੂੰ, ਇਹਨਾਂ ਏਜੰਸੀਆਂ ਨੂੰ। ਅਤੇ ਜਿਹੜਾ ਇਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਅੱਜ ਪੰਜਾਬ, ਇੱਥੇ ਦਿੱਲੀ ਤੱਕ ਸਾਡਾ ਰਾਜ ਹੋਣਾ ਸੀ ਪਾਕਿਸਤਾਨ ਵਾਲਿਆਂ ਦਾ, ਜੇ ਕਿਤੇ ਇਹ ਸਿੱਖ ਨਾ ਹੁੰਦੇ, ਜੇ ਪੰਜਾਬੀ ਨਾ ਹੁੰਦੇ, ਜੇ ਦਸਤਾਰਾਂ ਵਾਲੇ ਨਾ ਹੁੰਦੇ। ਪਰ ਅੱਜ ਕਿਤੇ ਕੜੇ ਬੰਦ, ਕਿਤੇ ਆਹ ਬੰਦ, ਇਹ ਸਾਰਾ ਕੁਝ ਕਿਉਂ ਹੈ? ਇਹ ਸਾਰਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਕੀਤੀ ਗਈ, ਜਦੋਂ ਦਿੱਲੀ ਦੀਆਂ ਗਲੀਆਂ ਵਿੱਚ ਜਿਹੜਾ ਪੰਜਾਬੀ ਵੇਖਿਆ, ਜਿਹੜਾ ਸਿੱਖ ਵੇਖਿਆ, ਉਹਨੂੰ ਖਤਮ ਕਰ ਦਿੱਤਾ ਗਿਆ। ਇਹ ਨਸਲਕੁਸ਼ੀ ਜਿਹੜੀ ਸੀ ਇਹ ਉੱਥੋਂ ਹੀ ਸ਼ੁਰੂ ਹੋਈ ਹੈ। ਮੈਂ ਸਮਝਦੀ ਹਾਂ ਕਿ ਇਹ ਵਿਰੋਧੀ ਧਿਰ 'ਚ ਬੈਠੇ ਨੇ ਰਾਹੁਲ ਗਾਂਧੀ, ਉੱਥੇ ਆਵਾਜ਼ ਪੈਦਾ ਕਰਨ ਕਿ ਆਓ ਸਾਰੀ ਸੈਂਟਰ ਵੱਲੋਂ ਅਸੀਂ ਮਾਫ਼ੀ ਮੰਗੀਏ, ਸੈਂਟਰ ਸਰਕਾਰ ਮਾਫ਼ੀ ਮੰਗੇ ਜੋ ਸਿੱਖਾਂ ਨਾਲ ਵਾਅਦੇ ਕੀਤੇ ਸੀ, ਜੋ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ ਸੀਗਾ। ਜੇ ਉਹਨਾਂ ਦੇ ਅੰਦਰ ਦਰਦ ਹੈ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਵਿਰੋਧੀ ਧਿਰ ਵਿੱਚ ਖੜ੍ਹੇ ਹੋ ਕੇ ਕਿ ਆਓ ਸਾਰੇ ਸੈਂਟਰ ਸਰਕਾਰ, ਅਸੀਂ ਸਰਕਾਰ ਵੱਲੋਂ ਹੀ ਹੋਇਆ ਸੀ ਨਾ, ਅੱਗੇ ਮਿਲਟਰੀ ਚੜ੍ਹੀ ਸੀ ਅਕਾਲ ਤਖ਼ਤ, ਸਰਕਾਰ ਵੱਲੋਂ ਹੋਈ ਸੀ ਨਾ। ਅਤੇ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਮੇਰੀ ਦਾਦੀ ਨੇ ਜੋ ਕੀਤਾ, ਮੇਰੇ ਬਾਪ ਨੇ ਜੋ ਕੀਤਾ, ਉਹ ਬਹੁਤ ਜ਼ੁਲਮ ਸੀ। ਆਓ ਸਾਰੇ, ਅੱਜ ਮੈਂ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਰੇ ਰਲ ਕੇ ਅਸੀਂ ਮਾਫ਼ੀ ਮੰਗੀਏ ਉਹਨਾਂ ਯੋਧਿਆਂ ਕੋਲੋਂ, ਉਹਨਾਂ ਸਿੱਖਾਂ ਕੋਲੋਂ ਜਿਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਈਆਂ, ਔਰ ਇਹ ਪੰਜਾਬ ਦੀ, ਇਹ ਦੇਸ਼ ਦੀ ਧਰਤੀ ਜਿਹੜੀ ਹੈ ਅੱਜ ਸੁਰੱਖਿਅਤ।